ਯੂਐਸਏ ਦੇ ਵਿੱਚ ਹਰੀਕੇਨ ਆਇਆ ਹੋਇਆ ਤੇ ਕਾਫੀ ਮੌਤਾਂ ਹੋ ਚੱਕੀਆਂ ਤੇ ਮੌਤਾਂ ਤਾਂ ਹੋਈਆਂ ਲੋਕਾਂ ਦੇ ਘਰਾਂ ਦੇ ਨੁਕਸਾਨ ਵੀ ਹੋਏ ਆ ਇਹ ਨੁਕਸਾਨ ਕਿਸ ਕਾਰਨ ਕਰਕੇ ਹੋਇਆ ਤਾਂ ਕਿ ਬੰਦੇ ਬਚਾ ਕਰ ਸਕਣ ਜੇ ਕਿਸੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਕੜਨਾਵਾ ਆਉਂਦੀਆਂ ਹਾਂਜੀ ਵਟਸਐਪ ਬੜੇ ਦਿਨ ਹੋ ਗਏ ਆਪਾਂ ਖਬਰਾਂ ਦੇ ਵਿੱਚ ਸੁਣਦੇ ਸੀਗੇ ਕਿ ਫੋਰਕਾਸਟਿੰਗ ਕੀਤੀ ਜਾ ਰਹੀ ਆ ਬੜਾ ਜ਼ੋਰਦਾਰ ਇੱਕ ਤੂਫਾਨ ਆਉਣਾ ਹਰੀਕੇਨ ਆਉਣਾ ਸੋ ਉਸ ਹਰੀਕੇਨ ਨੇ ਹੁਣ ਯੂਐਸ ਦੇ ਵਿੱਚ ਦਸਤਕ ਦੇ ਦਿੱਤੀ ਆ ਇਹਦਾ ਨਾਮ ਹੈਗਾ ਹਰੀਕੇਨ ਹਲੀਨ ਇਨੇ ਯੂਐਸ ਦੇ ਵਿੱਚ ਭਾਰੀ ਤਬਾਹੀ ਮਚਾਉਣੀ ਵੀ ਸ਼ੁਰੂ ਕਰ ਦਿੱਤੀ ਹੈ ਸਾਊਥ ਈਸਟਰਨ ਯੂਐਸ ਨੂੰ ਇਹ ਇਨੀਸ਼ੀਅਲੀ ਹਿੱਟ ਕੀਤਾ ਬਹੁਤ ਡੈਡਲੀ ਸਟੋਰਮ ਹੈਗਾ ਜੀ ਇਹਦੇ ਵਿੱਚ ਮੌਤਾਂ ਵੀ ਹੋਈਆਂ ਸਟਰਕਚਰਸ ਵੀ ਡੈਮੇਜ ਹੋਈਆਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਕੁਝ ਬਿਜ਼ਨੈਸਸ ਉਹਨਾਂ ਦਾ ਵੀ ਨੁਕਸਾਨ ਹੋਇਆ ਕੁਝ ਏਰੀਆ ਦੇ ਵਿੱਚ ਪਾਵਰ ਆਊਟੇਜ ਚੱਲ ਰਹੀ ਹੈ ਲੋਕ ਬਿਨਾ ਬਿਜਲੀ ਤੋਂ ਸਮਾਂ ਆਪਣਾ ਗੁਜ਼ਾਰ ਰਹੇ ਆ ਮਲਟੀਪਲ ਸਟੇਟਸ ਦੇ ਵਿੱਚ ਇਸ ਹਰੀਕੇਨ ਹਲੀਨ ਦਾ ਇੰਪੈਕਟ ਦੇਖਣ ਨੂੰ ਮਿਲ ਰਿਹਾ ਜੀ ਥਰਸਡੇ ਨੂੰ ਬ੍ਰਾਡਸਾਬ ਨੇ ਯੂਐਸ ਦੇ ਵਿੱਚ ਹਿੱਟ ਕੀਤਾ ਤੇ ਸਭ ਤੋਂ ਪਹਿਲਾਂ ਫਲੋਰਿਡਾ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲਿਆ ਫਲੋਰਿਡਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ 10 ਮੌਤਾਂ ਦੀ ਰਿਪੋਰਟ ਆਈ ਹੈ ਜੋ ਕਿ ਗਿਣਤੀ ਬਾਅਦ ਵਿੱਚ ਵਧ ਵੀ ਸਕਦੀ ਹੈ ਇਹ ਕੈਟਾਗਰੀ 4 ਦਾ ਹਰੀਕੇਨ ਹੈਗਾ ਇਹਦੇ ਵਿੱਚ ਜਿਹੜੀਆਂ ਹਵਾਵਾਂ ਨੇ ਇਹਨਾਂ ਦੀ ਮੈਕਸਿਮਮ ਸਪੀਡ 140 ਮਾਈਲ ਪਰ ਆਵਰ ਆ ਘੰਟਿਆਂ 'ਚ ਵੇਖੀ ਤਾਂ 225 ਕਿਲੋਮੀਟਰ ਪ੍ਰਤੀ ਘੰਟਾ ਹੈਗੀ ਹੈ ਇਹਨਾਂ ਦੀ ਸਪੀਡ ਜੋਰਜੀਆ ਤੱਕ ਪਹੁੰਚਦਿਆਂ ਹੋਇਆ ਇਹ ਸਪੀਡ ਥੋੜੀ ਜੀ ਘਟੀ ਵੀ ਹੈਗੀ ਹੈ ਜੋਰਜੀਆ ਦੇ ਵਿੱਚ ਵੀ ਮੌਤਾਂ ਹੋਈਆਂ ਇੱਕ ਇਲਾਕੇ ਦੇ ਵਿੱਚ 6 ਮੌਤਾਂ ਹੋਈਆਂ ਇੱਕ ਹੋਰ ਇਲਾਕੇ ਦੇ ਵਿੱਚ 3 ਮੌਤਾਂ ਉਹ ਬਰਾਦ ਸਾਬ ਘਰਾਂ ਦੇ ਉੱਤੇ ਰੁੱਖ ਡਿੱਗਣ ਕਰਕੇ ਹੋਈਆਂ ਨੇ ਇੱਕ ਛੋਟੀ ਬੱਚੀ ਦੀ ਮੌਤ ਹੋਈ ਹੈ 4 ਸਾਲ ਦੀ ਉਹ ਬੱਚੀ ਸੀਗੀ ਨਾਰਥ ਕੈਰੋਲਿਨਾ ਦੀ ਉੱਥੇ ਵੀ ਘਰ ਦੇ ਉੱਤੇ ਰੁੱਖ ਡਿੱਗਿਆ ਤੂਫਾਨ ਦੇ ਕਾਰਨ ਕੁਝ ਕਮੋਤਾਂ ਬ੍ਰਾਟ ਸਾਹਿਬ ਐਕਸੀਡੈਂਟ ਕਰਕੇ ਹੋਈਆਂ ਨੇ ਕਾਰ ਕ੍ਰੈਸ਼ ਹੋਣ ਦੇ ਕਾਰਨ ਜਦੋਂ ਇੰਟੈਂਸ ਰੇਨ ਪੈਂਦੀ ਹੈ ਜਦੋਂ ਆਪਣੇ ਬੰਦੇ ਅੰਗੈਲੀ ਕਰ ਜਾਂਦੇ ਆ ਗੱਡੀ ਚਲਾਉਂਦੇ ਰਹਿੰਦੇ ਆ ਟਰੈਵਲ ਕਰਦੇ ਰਹਿੰਦੇ ਆ ਮੀਂਹ ਨੂੰ ਇਗਨੋਰ ਕਰ ਦਿੰਦੇ ਆ ਅਚਾਨਕ ਕਈ ਵਾਰੀ ਕੋਈ ਐਸੀ ਮੂਵਮੈਂਟ ਬਣਦੀ ਹੈ ਸਮਝ ਨਹੀਂ ਆਉਂਦੀ ਤੇ ਕਾਰਾਂ ਜਦੋਂ ਇੱਕ ਦੂਜੇ ਦੇ ਵਿੱਚ ਹਿੱਟ ਕਰ ਜਾਂਦੀਆਂ ਤੇ ਵੱਡਾ ਨੁਕਸਾਨ ਹੋ ਜਾਂਦਾ ਜੀ ਬ੍ਰਾਟ ਸਾਹਿਬ ਬਿਲਕੁਲ ਜੀ ਇੱਥੇ ਆਪਾਂ ਇਹ ਜ਼ਿਕਰ ਕਰਨਾ ਚਾਹਵਾਂਗੇ ਕਈ ਵਾਰੀ ਅੰਗੈਲੀ ਅਗਲਾ ਕਹਿ ਦਿੰਦਾ ਕੁਝ ਨਹੀਂ ਹੁੰਦਾ ਜੀ ਜਾਵੜਾਂਗੇ ਆਮ ਵਰਗਾ ਹੀ ਹੋਣਾ ਕੰਮ ਤੇ ਇਹ ਚੀਜ਼ਾਂ ਜਦੋਂ ਰਸਤੇ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਊਗੀਆਂ ਤਾਂ ਫਿਰ ਤੁਹਾਡੇ ਕੋਲੇ ਆਸੇ-ਪਾਸੇ ਇਹ ਵੀ ਨਹੀਂ ਹੁੰਦਾ ਵੀ ਤੁਸੀਂ ਖੁੱਲੀ ਜਗ੍ਹਾ ਹੋਊਗੀ ਦਰਖਤ-ਲੁਖਤ ਵੀ ਲੱਗੇ ਹੁੰਦੇ ਆ ਦਰਖਤ ਤੇ ਬਿਜਲੀ ਵਾਲੀਆਂ ਤਾਰਾਂ ਵੀ ਹੁੰਦੀਆਂ ਉਹ ਵੀ ਡਿੱਗ ਕੇ ਮੌਤ ਹੋ ਸਕਦੀ ਹੈ ਸੋ ਭਾਈ ਆਪ ਦਾ ਬਚ ਬਚਾ ਕੇ ਹੀ ਇਨਾਂ ਚੀਜ਼ਾਂ ਦਾ ਨਿਕਲਣਾ ਚਾਹੀਦਾ ਬਿਲਕੁਲ ਵਟਸਐਪ ਆਪਾਂ ਜਿਵੇਂ ਹੁਣ ਦੱਸਿਆ ਕਿ 225 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਜਿਹੜੀਆਂ ਹਵਾਵਾਂ ਚੱਲ ਰਹੀਆਂ ਸੋ ਉਹ ਮੂਮੈਂਟ ਦੇ ਉੱਤੇ ਵੱਡਾ ਫਰਕ ਪਾਉਂਦੀ ਹੈ ਕਈ ਵਾਰੀ ਬੰਦਾ ਇਗਨੋਰ ਕਰ ਜਾਂਦਾ ਕਿ ਮੈਂ ਬੜਾ ਵਧੀਆ ਡਰਾਈਵਰ ਹੈਗਾ ਆਪਾਂ ਦੇਖਿਆ ਕਿਸ ਤਰੀਕੇ ਨਾਲ ਹੈਵੀ ਟਰੱਕ ਜਿਹੜੇ ਪਲਟ ਜਾਂਦੇ ਆ ਜਦੋਂ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਹੁੰਦੀਆਂ ਸੋ ਆਪਾਂ ਨੂੰ ਫੋਰਕਾਸਟਿੰਗ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਫਿਰ ਆਪਾਂ ਨੂੰ ਕੁਝ ਕੁ ਚੀਜ਼ਾਂ ਦਾ ਪਤਾ ਵੀ ਹੋਣਾ ਚਾਹੀਦਾ ਹੈ ਕਿ ਆਪਾਂ ਮੀਂਹ ਦੇ ਵੇਲੇ ਕਿੱਥੇ ਖੜਨਾ ਹੈ ਰੁੱਖ ਦੇ ਹੇਠਾਂ ਖੜਨਾ ਹੈ ਕਿ ਨਹੀਂ ਖੜਨਾ ਜੇ ਖੜਨਾ ਤਾਂ ਕਿਹੜੇ ਦੇ ਹੇਠਾਂ ਖੜਨਾ ਕਿਉਂਕਿ ਬਹੁਤ ਸਾਰੀਆਂ ਖਬਰਾਂ ਇਸ ਦੇ ਨਾਲ ਦੇਖਣ ਨੂੰ ਮਿਲਦੀਆਂ ਨੇ ਜੀ